ਉਹਦਾ ਸਾਰਾ ਸਰਮਨ ਸਾਡੇ ਉੱਤੋਂ ਵਾਰ ਹੈ। ਉਹਨਾਂ ਨੇ ਆਪਣੀ ਮਾਤਾ ਮਾਤਾ ਗੁਜਰ ਕੌਰ ਜੀ ਸਾਡੇ ਤੋਂ ਵਾਰ ਹੈ, ਜਿਨ੍ਹਾਂ ਨੇ ਠੰਡੇ ਬੁਰਜ ਵਿੱਚ ਬਹਿ ਕੇ ਆਪਣਾ ਸਰੀਰ ਤਿਆਗਿਆ ਸੀ ਤੇ ਛੋਟੇ ਸਾਹਿਬਜ਼ਾਦੇ ਉਹ ਵੀ ਠੰਡੇ ਬੁਰਜ ਵਿੱਚ ਵਜ਼ੀਰ ਖਾਨ ਦੇ ਕੈਦ ਕੀਤੇ ਸਨ। ਮਾਤਾ ਜੀ ਦੇ ਨਾਲ ਤੁਸੀਂ ਸਾਰੇ ਜਾਣਦੇ ਹੋ ਤੇ ਉਹਨਾਂ ਨੂੰ ਕੈਦ ਕਿਹਨੇ ਕੀਤਾ ਸੀ? ਵਜ਼ੀਰ ਖਾਨ ਨੇ। ਹੁਣ ਇੱਥੋਂ ਗੱਲ ਸਮਝ ਪਿਆ ਵੀ ਦੋ ਤਰ੍ਹਾਂ ਦਾ ਬੰਦਾ ਕੀ ਬੰਦਾ ਹੁੰਦਾ। ਬਾਬਾ ਕਬੀਰ ਸਾਹਿਬ ਦਾ ਬੰਦਾ ਬਣਾਇਆ ਹੁਣ ਵਜ਼ੀਰ ਖਾਨ ਜਿਹੜਾ ਹੈ ਜਨਮ ਉਹਨੂੰ ਵੀ ਮਿਲਿਆ, ਉਹ ਵੀ ਧਰਤੀ ਤੇ ਆਇਆ। ਭਾਵੇਂ ਇਸਲਾਮ ਧਰਮ ਦੇ ਵਿੱਚ ਸੀ ਉਹ, ਅੱਲਾ ਵਾਹਿਗੁਰੂ ਹਰੀ ਦਾ ਨਾਮ ਰੱਖ ਹੈ ਭਰਮਾਂ ਚ ਪੈ ਗਈ ਦੁਨੀਆਂ ਇਹ ਆਪਾਂ ਸਾਰੇ ਜਾਣੇ ਜਾਣੇ। ਪਰਮਾਤਮਾ ਇੱਕੋ ਹੀ ਹੈ, ਇਸਲਾਮ ਦੇ ਰੂਪ ਦੇ ਵਿੱਚ ਅੱਲਾ ਕਹਿਣਾ ਹੈ ਕਿਹਨੂੰ ਕਹਿਣਾ? ਪਰਮਾਤਮਾ ਪਰਮਾਤਮਾ ਦੇ ਕੋਈ ਇੱਕ ਪਿਤਾ ਇਹ ਤਸਲੀਹਾ ਪਾਸ ਮੇਰਾ ਗੁਰ ਹੈ। ਪਰਮਾਤਮਾ ਇੱਕੋ ਹੀ ਹੈ, ਕੋਈ ਕਹਿੰਦਾ ਅਸੀਂ ਅੱਲਾ ਕਹਿਣਾ, ਕੋਈ ਕਹਿੰਦਾ ਵਾਹਿਗੁਰੂ ਕਹਿਣਾ, ਕੋਈ ਕਹਿੰਦਾ ਰਹੀਮ ਕਹਿਣਾ। ਇਹ ਸਾਰੇ ਨਾਮ ਪਰਮਾਤਮਾ ਪਰਮਾਤਮਾ ਇਸਲਾਮ ਧਰਮ ਦੇ ਵਿੱਚ ਜਨਮ ਲਿਆ ਵੀ ਇਸਲਾਮ ਨੇ ਕਿਤੇ ਵੀ ਨਹੀਂ ਲਿਖਿਆ ਵੀ ਪਾਪ ਕਰੋ ਜਨਮ ਕਰੋ ਕਿਸੇ ਦੇ। ਇਸਲਾਮ ਨੇ ਕਿਤੇ ਨਹੀਂ ਲਿਖਿਆ ਵੀ ਛੋਟੇ ਛੋਟੇ ਬੱਚਿਆਂ ਨੂੰ ਜੀਤੇ ਜੀ ਲੀਹਾਂ ਜਿਹੜੇ ਅੱਗੇ ਮਾਰ ਦਿਓ, ਨਹੀਂ ਤਾਂ ਲਿਖਿਆ ਨਹੀਂ। ਇਹਦਾ ਮਤਲਬ ਉਹਨੇ ਸਾਰਾ ਕੁਛ ਕੀਤਾ ਨੇ ਪਾਪ ਕੀਤਾ। ਠੰਡੇ ਬੁਰਜ ਵਿੱਚ ਵਜ਼ੀਰ ਖਾਨ ਨੇ ਮਾਤਾ ਗੁਜਰ ਕੌਰ ਜੀ ਨੂੰ ਛੋਟੇ ਸਾਹਿਬਜ਼ਾਦੇ ਨੂੰ ਰੱਖਿਆ। ਦਸ ਪੋਹ ਤੋਂ ਸ਼ੁਰੂ ਕੀਤਾ, ਪਹਿਲੀ ਰਾਤ ਦਸ ਪੋਹ ਦੀ ਠੰਡੇ ਬੁਰਜ ਵਿੱਚ ਗੁਜ਼ਾਰ ਦਿੱਤਾ ਮਾਤਾ ਗੁਜਰ ਕੌਰ ਨੇ ਤੇ ਗੁਰੂ ਕੇ ਲਾਤਾ ਛੋਟੇ ਸਾਹਿਬਜ਼ਾਦੇ। ਮੈਂ ਬਹੁਤਾ ਵਿਸਥਾਰ